ਬਾਲੀਵੁੱਡ ਅਤੇ ਬਾਲੀਵੁੱਡ ਦੇ ਚਿਹਰੇ ਤੇ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਦਮਦਾਰ ਆਵਾਜ਼ ਅਤੇ ਐਕਟਿੰਗ ਦੇ ਲੋਕ ਦੀਵਾਨੇ ਨੇ ਤੇ ਹੁਣ ਦਿਲਜੀਤ ਦੇ ਫੈਨਸ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਦਿੱਲੀ ਦੇ ਮੈਡਮ ਤੁਸਾਦ ਵੈਕਸ ਮਿਊਜ਼ੀਅਮ ਵਿੱਚ ਲੱਗੇਗਾ ਦਿਲਜੀਤ ਦੋਸਾਂਝ ਦਾ ਸਟੈਚੂ। ਔਰ ਇਸ ਦੀ ਜਾਣਕਾਰੀ ਖੁਦ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਫੋਟੋ ਅਪਲੋਡ ਕਰਕੇ ਦਿੱਤੀ ਜਿਸ ਤੇ ਲਿਖਿਆ ਸੀ, ਡੂ ਯੂ ਨੋ ਹੂ ਇਜ਼ ਡਰਾਈਵਿੰਗ ਹਿਸ ਲੈਂਬਰਗਿਨੀ ਟੂ ਮੈਡਮ ਤੁਸਾਦ ਡੈਲੀ, ਐਨੀ ਗੈਸ? ਔਰ ਇਸ ਫੋਟੋ 'ਚ ਟਰਬਨ ਅਤੇ ਗੋਗਲਸ ਦਿਖ ਰਹੀਆਂ ਨੇ। ਸੋ ਦੈਨਿਕ ਸਵੇਰਾ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਦਿਲਜੀਤ ਦੋਸਾਂਝ ਨੂੰ ਮੈਨੀ ਕੰਗਰੈਚੁਲੇਸ਼ਨਸ। ਫਿਲਹਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੀ ਰੀਸੈਂਟ ਰਿਲੀਜ਼ ਹੋਈ ਫਿਲਮ ਸੂਰਮਾ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਨੇ।